ਸਬਸਕ੍ਰਾਈਬ ਕਰੋ ਨਿਡਰ ਆਵਾਜ਼ ਟੀਵੀ ਨੂੰ ਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈਲ ਦਾ ਬਟਨ ਦਬਾਓ। 152 ਗ੍ਰਾਮ ਹੈਰੋਇਨ ਅਤੇ ਇੱਕ ਕੰਪਿਊਟਰੀ ਕੰਡੇ ਸਮੇਤ ਦੋ ਨੌਜਵਾਨ ਗ੍ਰਿਫਤਾਰ। ਜ਼ਿਲ੍ਹਾ ਤਰਨ ਤਾਰਨ ਦੇ ਪੁਲਿਸ ਮੁਖੀ SSP ਧਰੂਵ ਦਹੀਆ ਦੇ ਦਿਸ਼ਾ ਨਿਰਦੇਸ਼ਾਂ ਅਤੇ DSP ਭਿੱਖੀਵਿੰਡ ਸੁਲੱਖਣ ਸਿੰਘ ਮਾਨ ਦੀਆਂ ਹਦਾਇਤਾਂ 'ਤੇ ਚੱਲਦਿਆਂ ਨਸ਼ੇ ਖਿਲਾਫ਼ ਚਲਾਈ ਜਾ ਰਹੀ ਸਖ਼ਤ ਮੁਹਿੰਮ ਤਹਿਤ ਪੁਲਿਸ ਦੁਆਰਾ ਦੋ ਇਨੋਵਾ ਸਵਾਰ ਨੌਜਵਾਨਾਂ ਨੂੰ 152 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ SI ਕੱਚਾ ਪੱਕਾ ਬਲਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਸਮੇਤ ਪਿੰਡ ਜਮਾਲਪੁਰ ਵਿਖੇ ਨਾਕਾਬੰਦੀ ਦੌਰਾਨ ਚਿੱਟੇ ਰੰਗ ਦੀ ਇਨੋਵਾ ਕਾਰ 'ਤੇ ਆਏ ਦੋ ਨੌਜਵਾਨਾਂ ਨੂੰ 152 ਗ੍ਰਾਮ ਹੈਰੋਇਨ ਅਤੇ ਇੱਕ ਕੰਪਿਊਟਰੀ ਕੰਡੇ ਸਮੇਤ ਕਾਬੂ ਕੀਤਾ ਹੈ। ਉੱਧਰ ਦੂਜੇ ਪਾਸੇ ਕਾਰ ਚਾਲਕ ਦੀ ਪਛਾਣ ਹਰਵਿੰਦਰ ਸਿੰਘ ਉਰਫ ਰਿੰਕੂ ਪੁੱਤਰ ਹੀਰਾ ਸਿੰਘ ਵਾਸੀ ਓਡਰ ਅਤੇ ਕੰਡਕਟਰ ਸਾਈਡ 'ਤੇ ਬੈਠੇ ਨੌਜਵਾਨ ਦੀ ਪਛਾਣ ਸੰਦੀਪ ਸਿੰਘ ਉਰਫ ਸੰਨੀ ਪੁੱਤਰ ਅੰਗਰੇਜ਼ ਸਿੰਘ ਵਾਸੀ ਚੁਗਾਵਾਂ ਵਜੋਂ ਹੋਈ ਹੈ। ਪੁਲਿਸ ਨੇ ਫੜੇ ਗਏ ਨੌਜਵਾਨਾਂ 'ਤੇ NDPS ਐਕਟ ਦੀ ਧਾਰਾ 21-29-65 ਤਹਿਤ ਪਰਚਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉੱਧਰ ਦੱਸਿਆ ਜਾ ਰਿਹਾ ਹੈ ਕਿ ਫੜੀ ਗਈ 152 ਗ੍ਰਾਮ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੁੱਲ ਕੀਮਤ ਕਰੀਬ 75 ਲੱਖ ਰੁਪਏ ਦੱਸੀ ਜਾ ਰਹੀ ਹੈ। ਦੇਖੋ ਇਹਨਾਂ ਕੋਲ ਹੈਰੋਇਨ ਬਰਾਮਦ ਕੀਤੀ ਗਈ ਹੈ। ਕੱਲ੍ਹ ਅਸੀਂ ਨਾ ਪੁਲਿਸ ਸੂਬਾ ਜਮਾਲਪੁਰ ਨਾਕਾਬੰਦੀ ਕੀਤੀ ਸੀ। ਆਮ ਰੂਟੀਨ ਵਾਲਾ ਤਰ੍ਹਾਂ SSP ਸਾਹਿਬ ਦਾ ਹੁਕਮ ਹੈ, DSP ਸਾਹਿਬ ਦਾ ਹੁਕਮ ਹੈ ਵੀ ਚੰਗੀ ਤਰ੍ਹਾਂ ਨਾਕਾਬੰਦੀ ਕਰਕੇ ਚੈਕਿੰਗ ਕਰਨੀ ਹੈ। ਕੋਈ 5 ਵਜੇ ਦੇ ਕਰੀਬ ਪੱਟੀ ਵੱਲੋਂ ਇੱਕ ਨੋਵਾ ਗੱਡੀ ਆਈ ਹੈ। ਅਸੀਂ ਇਹਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਇਹਨੇ ਬੈਕ ਕਰਕੇ ਮਤਲਬ ਭਜਾਉਣ ਦੀ ਕੋਸ਼ਿਸ਼ ਕਰੀ, ਝਾੜੀਆਂ ਸਾਈਡ ਤੋਂ ਗੱਡੀ ਬੰਦ ਹੋ ਗਈ। ਇੱਥੋਂ ਜਿਹੜਾ ਉਤਰਿਆ ਮੁੰਡਾ ਡਰਾਈਵਰ ਸਾਈਡ ਵੱਲੋਂ, ਉਹਦੀ ਜੇਬ ਦੇ ਵਿੱਚ ਹੀ ਉਹਨੇ ਕੈਪਰੀ ਜੀ ਪਹਿਨੀ, ਉਹ ਕੈਪਰੀ 'ਚੋਂ ਲਿਫਾਫਾ ਡਿੱਗਾ, ਉਹ 'ਚ ਹੈਰੋਇਨ ਸੀ ਜੋ 152 ਗ੍ਰਾਮ ਹੋਈ ਆ। ਇਹ ਚਿੱਟੇ ਰੰਗ ਦੀ ਨੋਵਾ ਗੱਡੀ ਆ, ਜਿਹੜਾ ਚਾਲਕ ਆ ਉਹ ਹਰਵਿੰਦਰ ਸਿੰਘ ਰਿੰਕਾ ਪਿੰਡ ਓਡਰ ਆ, ਅਤੇ ਜਿਹੜਾ ਦੂਜੇ ਬੰਨੇ ਬੈਠਾ ਸੀ ਉਹਨੂੰ ਕਾਬੂ ਕੀਤਾ ਉਹ ਸੰਦੀਪ ਸਿੰਘ ਸੰਨੀ ਪਿੰਡ ਚੁਗਾਵਾਂ ਦਾ। ਉਹਦੇ ਕੋਲੋਂ ਇੱਕ ਕੰਡਾ ਬਰਾਮਦ ਹੋਇਆ, ਇਲੈਕਟ੍ਰੋਨਿਕ ਕੰਡਾ। ਬਾਕੀ ਹੁਣ ਗੱਡੀ ਨੂੰ ਕਬਜ਼ੇ 'ਚ ਲੈ ਲਿਆ, ਕਬਜ਼ੇ ਲੈ ਕੇ ਇਹਨੂੰ ਪਰਚਾ ਦਰਜ ਕੀਤਾ ਗਿਆ ਅਤੇ ਹੁਣ ਅੱਜ ਪੇਸ਼ ਕਰਕੇ ਅਤੇ ਇਹਨਾਂ ਦਾ ਰਿਮਾਂਡ ਲੈ ਕੇ ਜਿੱਥੋਂ ਇਹ ਲਿਆਉਂਦੇ ਆ, ਕਿਉਂਕਿ ਹੈਰੋਇਨ ਜ਼ਿਆਦਾ ਆ, 152 ਗ੍ਰਾਮ ਇਹਨਾਂ ਦੇ ਕੋਲ ਫੜੇ ਗਈ ਆ। ਹੋਰ ਹੋ ਸਕਦਾ ਇਹਨਾਂ ਦੇ ਘਰ ਵੀ ਹੋਵੇ ਜਾਂ ਜਿਹਦੇ ਕੋਲ ਲੈ ਕੇ ਆਉਂਦੇ ਆ, ਉਹ ਤਸਦੀਕ ਕਰਕੇ ਅਫਸਰਾਂ ਵਾਲਾ ਨੂੰ ਦੱਸ ਕੇ ਅਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ। ਸਰ ਇਹ ਪਹਿਲਾ ਪਰਚਾ ਇਹਨਾਂ ਦਾ ਜਾਂ ਅੱਗੇ ਵੀ ਇਹ ਕੰਮ ਕਰਦੇ ਨੇ? ਇਹ ਵੀ ਇਹਦਾ ਵੀ ਪਤਾ ਰਿਪੋਰਟ ਲਈ ਜਾ ਰਹੀ ਆ, ਕਿਉਂਕਿ ਚੁਗਾਵਾਂ ਦੇ ਵਾਸੀ ਨੇ, ਅੰਮ੍ਰਿਤਸਰ ਦੇ ਹਾਥੀ ਦੇ ਨੇ, ਉਹ ਵੀ ਰਿਪੋਰਟ ਲਿਖ ਕੇ ਅਤੇ ਫਿਰ ਪਤਾ ਕੀਤਾ ਜਾਊਗਾ ਕਿੰਨੇ ਪਰਚੇ ਦਰਜ ਇਹਨਾਂ ਦੇ ਖਿਲਾਫ਼। ਇਹ ਤਾਂ ਆਪ ਤਾਂ ਦੱਸ ਰਿਹਾ ਵੀ ਸਾਡੇ ਪਰਚੇ ਖਿਲਾਫ਼ ਕੋਈ ਦਰਜ ਨਹੀਂ, ਪਰ ਇਹ ਪੱਕੇ ਬੰਦੇ ਲੱਗਦੇ ਮੈਨੂੰ। ਸਬਸਕ੍ਰਾਈਬ ਕਰੋ ਨਿਡਰ ਆਵਾਜ਼ ਟੀਵੀ ਨੂੰ
ਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈੱਲ ਦਾ ਬਟਨ ਦਬਾਓ।